کی نسبت پیشگی کر دیں کہ وہ تعاون سے محفوظ رہے گا. اور منشی لائی بخش کاؤنٹنٹ جو الہام کا دعویٰ کرتے ہیں ان کے لیے بھی یہی موقع ہے کہ اپنے الہام سے لاہور کی نسبت پیش گئی کر کے انجمن حمایت اسلام کی مدد کریں. اور مناسب ہے کہ عبد الجبار اور عبد الحق شہر امرتسر کی نسبت پیش گئی کر دیں. چونکہ فرقہ وہابیہ کی اصل جڑ دلی میں ہے اس لیے مناسب ہے کہ نذیر حسین اور محمد حسین بٹالوی دلی کی نسبت پیش گئی کریں تو وہ تعاون سے محفوظ رہے گی. پس اس طرح سے گویا تمام پنجاب اس مولک مرض سے محفوظ ہو جائے گا اور گورنمنٹ کو بھی مفت میں سبق دوشی ہو جائے گی. اور اگر ان لوگوں نے ایسا نہ کیا تو پھر یہی سمجھا جائے گا کہ سچا خدا وہی ہے. پڑھو ہاں بھلا, سچا وہی خدا ہے جس نے قادیاں میں اپنا رسول بھیجا. موٹے موٹے نبوت دے دعوے انہیں کیتے نے, اے انہیں نبوت دا دعوی نہیں, اپنے اپنا جھوٹ بولتے رہتے ہیں لوریے. پھر میں تمہیں سنانا عامر بھائی, میرا چھوٹا جا سوال لے لیا. اگر یہ جڑی جماعت لاہوری ہے یہ اگر نہیں مندی, یہ میں اج ہی سنیا ہی اس دے جڑے نے منہ دے وچوں حویش شیخ دے جنابلی منہ چوں کہ اگر میں وہ ایمان لے آواں نہ ایمان لے آواں تو میرے ایمان دے تے کوئی فرق نہیں پاؤں, میں الحمدللہ مسلمان ہاں. تو پھر جماعت لاہوریہ نو منن دا ایڈا زور کیوں ہے؟ او پھر مرزے نو مندے جناب لی کیوں نے؟ پورے صفحے دا لے لو سکرین شاٹ. ہوں عامر بھائی اکلے لاہوریہ تھوڑی اپنے آپ نو جھوٹ بول رہے ہیں, جن نے قادیانیہ دے فرقے نے مرزے نو منن والے سارے اپنے آپ نو جھوٹ بول رہے ہیں. ਇਹਨਾਂ ਦਾ ਤੇ ਆਈ ਕਿਊ ਲੈਵਲ ਤੇ ਇਹਨਾਂ ਦਾ ਜਿਹੜੀ ਮੈਂਟਲ ਅਪਰੋਚ ਉਹ ਤੇ ਇੰਨੀ ਗਿਰੀ ਹੋਈ ਇੰਨੀ ਲੋਅ ਲੈਵਲ ਦੀ ਹੈ ਕਿ ਮੈਂ ਸਮਝਦਾ ਕਿ ਜਿਹੜੇ ਜਾਨਵਰਾਂ ਦੇ ਵਿੱਚੋਂ ਸ਼ਾਰਪ ਮਾਈਂਡਡ ਜਾਨਵਰ ਹੋਣਗੇ ਨਾ ਉਹ ਵੀ ਕਾਦੀਆਨੀਆਂ ਨੂੰ ਬਿਹਤਰ ਸੋਚ ਸਮਝਣ ਦੀ ਸਲਾਹੀਤ ਰੱਖਦੇ ਹੋਣਗੇ. ਇਹ ਇੰਨੇ ਇਹਨਾਂ ਦਾ ਜਿਹੜਾ ਹੈ ਨਾ ਮਾਇੰਡਲੈਸ ਹੈ ਸਾਰੇ ਲੋਕ ਨੇ. ਮਿਰਜ਼ੇ ਗੁਲਾਮ ਕਾਦਮ ਛੱਡ ਦਿਓ, ਬਾਕੀ ਦਲੀਲ ਦਲੂਲ ਸਾਰੀ ਛੱਡ ਦਿਓ, ਉਹਦੀ ਸ਼ਖਸੀਅਤ ਦਾ ਸਿਰਫ਼ ਮੁਤਾਲਿਆ ਕਰ ਲਓ ਕਿ ਬਈ ਉਹ ਬੰਦਾ ਆਪ ਕਿੰਜ ਦਾ ਸੀ, ਉਹ ਹੈ ਕੀ ਸੀ. ਅਤੇ ਮੈਂ ਨਾ ਕੋਈ ਅਕਲਮੰਦ ਇਨਸਾਨ ਜਿਹਦੇ ਵਿੱਚ 10% ਵੀ ਜਿਹਦੀ ਅਕਲ ਕੰਮ ਕਰਦੀ, ਮੰਨ ਹੀ ਨਹੀਂ ਸਕਦਾ ਕਿ ਇੰਜ ਦਾ ਬੰਦਾ ਕੋਈ ਟੀਚਰ ਵੀ ਹੋ ਸਕਦਾ ਵਾ ਅੱਲਾ ਦੇ ਰਸੂਲ ਤੋਂ ਦੂਰ ਦੀ ਗੱਲ. ਇਹ ਸਾਰਿਆਂ ਨੇ ਆਪਣੇ ਆਪ ਨੂੰ ਧੋਖਾ ਦਿੱਤਾ ਹੋਇਆ ਵਾ, ਇਹ ਸਿਰਫ਼ ਲਾਹੌਰੀ ਨਹੀਂ, ਸਾਰੇ ਇੰਜ ਦੇ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਨੇ ਸਾਰੇ. ਹੁਣ ਇਹ ਜੰਬੇ ਨੂੰ ਮੰਨਣ ਵਾਲੇ ਵੇਖ ਲਓ ਬਈ, ਉਹ ਕੀ ਹੈ, ਉਹ ਕੀ ਕੀਤਾ ਉਹਨੇ ਇਨਸਾਨੀਅਤ ਵਾਸਤੇ, ਲੋਕਾਂ ਦੀ ਕੀ ਖਿਦਮਤ ਕੀਤੀ, ਕੀ ਉਹਨੇ ਦਿੱਤਾ, ਕੋਈ ਦੀਨੀ ਖਿਦਮਤ ਆ, ਕੋਈ ਦੁਨੀਆ ਕੀ ਕੀਤਾ ਕੀ ਉਹਨੇ? ਲੇਕਿਨ ਅੰਨੇ ਭਗਤ ਆ ਉਹ ਮੰਨੀ ਜਾਂਦੇ ਆ, ਇਹ ਜੀ ਮੁਜੱਦਦ ਹੈ ਜੀ ਸਾਡਾ. ਹਾਲਾਂਕਿ ਜਿਹੜੇ ਦੋ ਚਾਰ ਉਹਨੂੰ ਮਲੰਗ ਮੰਨਦੇ ਨੇ, ਹੋ ਸਕਦਾ ਉਹਨਾਂ 'ਚੋਂ ਤਾਰਕ ਚੌਹਾਨ ਨੇ, ਮੇਰੇ ਖਿਆਲ ਹੈ ਅਕਲ ਸ਼ਔਰ ਦੇ ਲਿਹਾਜ਼ ਨਾਲ ਉਹ ਜੰਬਾ ਜਿਹੜਾ ਉਹਦੇ ਨਾਲ ਕਿਧਰੇ ਜ਼ਿਆਦਾ ਹੋਣਾ. ਲੇਕਿਨ ਮੁਜੱਦਦ ਉਹ ਆ, ਇਹ ਉਹਦਾ ਫਾਲੋਅਰ ਆ, ਸਾਰੇ ਇੱਕੋ ਜਿਹਾ ਹੈਗੇ ਆ, ਸਾਰਿਆਂ ਨੂੰ ਧੋਖਾ ਦਿੱਤਾ ਹੋਇਆ ਆਪਣੇ ਆਪ ਨੂੰ. ਜੇ ਖਾਣ ਵਾਲੇ ਜੇ ਖਾਣ ਵਾਲੇ
ਔਰ ਫਿਰ ਵੇਖੋ ਇਹ ਸਾਰੇ ਹੀ ਆਪਣੇ ਆਪ ਦੇ ਵਿੱਚ ਸਮਝਦੇ ਆ ਕਿ ਅਸੀਂ ਇਕੱਲੇ ਕੋਲਾਂ, ਤਾਰਕ ਚੌਹਾਨ ਸਮਝਦਾ ਮੈਂ ਇਕੱਲੇ ਕੋਲਾਂ, ਮੈਂ ਬੜੇ ਸਹੀ ਰਾਹ 'ਤੇ ਜਾ ਰਿਹਾ ਅਤੇ ਬਾਕੀ ਕਾਦਿਆਨੀ ਜਿਹੜੇ ਨੇ ਸਾਰੇ ਇਹ ਧੋਖੇ ਦੇ ਵਿੱਚ ਆਏ ਹੋਏ ਨੇ ਅਤੇ ਸਾਰੇ ਗਲਤ ਰਾਹ 'ਤੇ ਨੇ। ਉਹ ਮਿਰਜ਼ੇ ਮਸਰੂਰ ਦੇ ਫਾਲੋਅਰ ਮੰਨਦੇ ਆ ਕਿ ਜਿਹੜੇ ਇਹ ਸਾਰੇ ਬਾਕੀ ਤਾਂ ਗੁੰਮਰਾਹ ਹੋ ਗਏ ਨੇ, ਅਸੀਂ ਅਸਲ ਵਾਲੇ ਅਤੇ ਅਸੀਂ ਸਹੀ ਜਾ ਰਹੇ ਹਾਂ। ਇਹਨਾਂ ਨੂੰ ਕੋਈ ਸ਼ਊਰ, ਕੋਈ ਅਕਲ, ਕੋਈ ਮਤ ਨਹੀਂ। ਇਹ ਜਿਹੜੇ ਦੂਸਰੇ ਮਜ਼ਾਹਬ ਜਿੰਨੇ ਵੀ ਹੋਰ ਵੀ ਤਾਂ ਹੈ ਨੇ ਨਾ, ਮਤਲਬ ਹਿੰਦੂਇਜ਼ਮ ਹੋ ਗਿਆ, ਕ੍ਰਿਸਚੈਨਿਟੀ ਹੋ ਗਈ, ਉਹਨਾਂ ਦਾ ਅਗਰ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਜਾਂ ਉਹਨਾਂ ਦੇ ਮਜ਼ਹਬ ਲਿਟਰੇਚਰ ਦਾ ਤੁਸੀਂ ਮੁਤਾਲਿਆ ਕਰੋ, ਕਮ ਸੇ ਕਮ ਬੇਸ਼ੱਕ ਗਲਤ ਹੀ ਗੱਲਾਂ ਹੋਣਗੀਆਂ, ਲੇਕਿਨ ਕੋਈ ਨਾ ਕੋਈ ਸੈਂਸ ਤੁਹਾਨੂੰ ਉਹਦੇ ਵਿੱਚ ਮਿਲੇਗੀ। ਉਹਨਾਂ ਦੇ ਮੰਨਣ ਵਾਲਿਆਂ ਕੋਲੋਂ ਵੀ ਕੋਈ ਨਾ ਕੋਈ ਰੀਜ਼ਨ, ਕੋਈ ਨਾ ਕੋਈ ਉਹਨਾਂ ਦਾ ਇੱਕ ਦਲੀਲ ਹੋਏਗੀ ਉਹਨਾਂ ਦੀ ਕਿ ਭਾਈ ਇਸ ਵਜ੍ਹਾ ਤੋਂ ਇਸ ਮਜ਼ਹਬ ਨੂੰ ਮੰਨ ਰਹੇ ਹਾਂ। ਮਰਜ਼ੀਅਤ ਕੋਲੋਂ ਯਕੀਨ ਕਰੋ, ਦਲੀਲ ਨਾ ਦੀ ਸ਼ਾਇ ਕੋਈ ਨਹੀਂ। ਨਾ ਉਹ ਬੰਦਾ ਜਿਹਨੂੰ ਨਬੀ ਮੰਨਦੇ ਆ ਉਹ ਕੋਈ ਸ਼ਕਲੋਂ, ਉਹ ਸ਼ਕਲ ਵੱਲੋਂ ਉਹਦੇ ਵਿੱਚ ਕੋਈ ਕੁਆਲਿਟੀ ਆ, ਨਾ ਅਕਲ ਵੱਲੋਂ ਕੋਈ ਕੁਆਲਿਟੀ ਆ, ਨਾ ਉਹਦੀ ਤਲੀਮ 'ਚ ਕੋਈ ਕੁਆਲਿਟੀ ਹੈ, ਨਾ ਉਹਦੇ ਕਿਰਦਾਰ 'ਚ ਕੋਈ ਕੁਆਲਿਟੀ ਹੈ। ਇਹ ਸਾਰਾ ਉਹਦਾ ਪੂਰਾ ਪੈਕੇਜ ਬਣਾ ਕੇ ਅਤੇ ਅਗਰ ਦੁਨੀਆ ਦੇ ਸਾਹਮਣੇ ਮੀਡੀਆ 'ਤੇ ਵਿਖਾਇਆ ਜਾਏ ਨਾ, ਤਾਂ ਮੈਂ ਜਿਤਨੇ ਛੇਤਰ ਦੁਨੀਆ 'ਚ ਉਹਨੂੰ ਵੱਜਣ ਨਾ, ਕਿਸੇ ਨੂੰ ਤਰੀਕੇ ਇਨਸਾਨੀ 'ਚ ਨੇ ਵੱਜੇ ਹੋਣੇ, ਇਹ ਉਹਨੂੰ ਨਵੀਂ ਮੰਨੀ ਬੈਠੇ। ਅਤੇ ਲੋਕਾਂ ਨੇ ਉਹਨੇ ਨਹੀਂ ਧੋਖਾ ਦਿੱਤਾ, ਨਾ ਮਿਰਜ਼ੇ ਨੇ ਦਿੱਤਾ, ਇਹ ਆਪਣੇ ਆਪ ਨੂੰ ਖੁਦ ਇਹਨਾਂ ਨੇ ਦਿੱਤਾ ਹੋਇਆ। ਜਿਹੜਾ ਬੰਦਾ ਵਾਜ਼ੇ ਤੌਰ 'ਤੇ ਕਹਿ ਜਾਵੇ, ਲਿਖ ਲਿਖ ਕੇ ਕਿਤਾਬਾਂ ਉਹਨੇ ਕਾਲੀਆਂ ਕੀਤੀਆਂ, ਮੇਰੀ ਇਹ ਗੱਲ ਪੂਰੀ ਨਾ ਹੋਵੇ ਮੈਂ ਝੂਠਾ, ਬਈ ਦਾਅਵਾ ਕਰਨ ਵਾਲਾ ਤਾਂ ਉਹ ਆ, ਜਿੱਥੇ ਉਹਨੇ ਦਾਅਵਾ ਕੀਤਾ ਕਿ ਜੀ ਮੈਂ ਸੱਚਾ ਵਾਂ ਉਹ ਤੁਸੀਂ ਮੰਨ ਲਿਆ, ਜਿੱਥੇ ਉਹਨੇ ਦਾਅਵਾ ਕੀਤਾ ਕਿ ਭਾਈ ਅਗਰ ਇਹ ਹੋ ਜਾਵੇ ਤਾਂ ਮੰਨਣਾ, ਫਿਰ ਮੈਂ ਝੂਠਾ ਵਾਂ, ਫਿਰ ਨਾ ਮੈਨੂੰ ਸੱਚਾ ਮੰਨ, ਉਹ ਨਹੀਂ ਮੰਨਦੇ ਤੁਸੀਂ, ਧੋਖਾ ਆਪਣੇ ਆਪ ਨੂੰ ਦੇ ਰਹੇ। ਕੋਈ 1700 ਜਗ੍ਹਾ ਉਹਨੇ ਲਿਖਿਆ ਭਾਈ ਇਹ ਗੱਲ ਨਾ ਪੂਰੀ ਹੋਏ ਮੈਂ ਝੂਠਾ, ਇਹ ਗੱਲ ਨਾ ਪੂਰੀ ਹੋਏ ਮੈਂ ਝੂਠਾ, ਇਹ ਗੱਲ ਨਾ ਪੂਰੀ ਹੋਏ ਮੈਂ ਝੂਠਾ, ਇਹ ਗੱਲ ਨਾ ਪੂਰੀ ਹੋਏ ਮੈਂ, ਇੱਕ ਵੀ ਨਹੀਂ ਸੱਚੀ ਨਿਕਲੀ, ਇਹ ਫਿਰ ਵੀ ਮੰਨਦੇ ਉਹਨੂੰ, ਫਿਰ ਜਾਣ ਬੁੱਝ ਕੇ ਚਾਹੁੰਦੇ ਦੋਜ਼ਖ ਦਾ ਇੰਜਨ ਇੰਧਨ ਬਣਨਾ, ਅਤੇ ਅਸੀਂ ਤਾਂ ਕੁਝ ਨਹੀਂ ਕਰ ਸਕਦੇ, ਸਾਡਾ ਕੰਮ ਸਮਝਾਉਣਾ। ਦੋਜ਼ਖ ਦਾ ਇੰਧਨ, ਅੱਛਾ ਇੱਕ ਮਿੰਟ ਮੇਰੀ ਤਸਵੀਰ ਵੱਡੀ ਕਰਨਾ, ਮੇਰੇ ਇਸ ਤਸਵੀਰ 'ਤੇ ਦੋ ਤਿੰਨ ਹੋਰ ਸਵਾਲ ਆਉਂਦੇ ਨੇ, ਜਿਹੜੀ ਜ਼ਿਆ ਭਾਈ ਗੱਲ ਕੀਤੀ ਉਸ ਦੇ ਮੁਤਾਬਕ। ਲਓ ਜੀ ਮੈਂ ਹੁਣ ਗੱਡੀ ਚਲਾਉਣ ਲੱਗਾ, ਥੋੜ੍ਹੀ ਦੇਰ ਤੱਕ ਮਿਲਣਾ, ਥੈਂਕ ਯੂ। ਠੀਕ ਹੈ ਓਕੇ। ਅਮਰ ਭਾਈ ਇਹ ਤਸਵੀਰ ਜ਼ਰਾ ਗੌਰ ਨਾਲ ਵੇਖਿਓ, ਇੱਕ ਹੱਥ ਛੋਟਾ ਇੱਕ ਵੱਡਾ, ਅੱਖਾਂ ਬਿਲਕੁਲ ਬੰਦ ਨੇ। ਅੱਖਾਂ ਕਿੱਥੇ ਨੇ? ਇਹ ਬੰਦ ਨਹੀਂ ਹੈਗੀ, ਇਹ ਗੱਜ਼ੇ ਬਸਰ, ਇਹ ਗੱਜ਼ੇ ਬਸਰ ਦੇ ਨਾਲ ਇੰਜ ਹੋਈ ਹੈ। ਮਲੰਗ ਆਇਆ ਸੀ ਤੇ ਉਹਨੇ ਥੱਲੇ ਮੈਸੇਜ ਲਿਖਿਆ ਕਿ ਹਮਾਰੀ ਹਰ ਚੀਜ਼ ਖਲੀਫਾ ਵਕਤ ਕੀ ਹੈ। ਮੈਂ ਕਿਹਾ ਹਰ ਚੀਜ਼, ਹਰ ਚੀਜ਼ ਉਹਨੂੰ ਚੀਕਾਂ ਵੱਜ ਗਈਆਂ ਉਹਦੀਆਂ, ਆਂਦਾ ਉਹ ਤੇਰੀ ਮਾਂ ਨੂੰ ਤੇਰੀ ਭੈਣ। ਸਵਾਲ ਕੀਤਾ ਇਸ ਦੇ ਉੱਤੇ ਨਾ, ਇਮਰਾਨ ਜਿਹੜਾ ਨਾ ਕਾਲੂ, ਉਸ ਆਖਿਆ ਬਿਲਕੁਲ ਮੇਰੀ ਭੈਣ, ਮੇਰੀ ਧੀ, ਮੇਰੀ ਮਾਂ, ਸਭ ਕੁਛ ਜਿਹੜਾ ਹੈ ਉਹ ਖਲੀਫੇ ਦੇ ਹਵਾਲੇ, ਜੋ ਕੁਝ ਉਸ ਦੇ ਨਾਲ ਕਰੇ ਸਨ, ਆਮੀਨ ਹੈ।
ਮਲੰਗ ਸੀ ਉਹਦੇ ਨਾਲ ਗੱਲਬਾਤ ਮੇਰੀ ਦੁਆ ਤਾਂ ਨਹੀਂ ਪਤਾ, ਇੱਕ ਮਿੰਟ ਚੁੱਪ ਕਰ, ਉਹਨਾਂ ਦੀ ਗੱਲ ਤੇ ਪੂਰੀ ਹੋਣ ਦੇ, ਨਹੀਂ ਨਹੀਂ ਹੋਣੀ, ਮੇਰੀ ਦੁਆ ਦਾ ਟਾਈਮ ਹੋ ਗਿਆ, ਦੁਆ ਦਾ ਭਾਈ ਦੁਆ ਦਾ ਕੋਈ ਟਾਈਮ ਨਹੀਂ ਹੋ, ਦੁਆ ਦਾ ਟਾਈਮ ਹੋ ਗਿਆ। ਸਾਰੇ ਮੁਸਲਮਾਨ ਹੱਥ ਉਪਰ ਜਨਾਬਲੀ ਕਰਕੇ ਖੇਨ ਕੇ, ਐ ਮੇਰੇ ਪਰਵਰਦੀਗਾਰ ਦੀ ਜ਼ਾਤ, ਜੈਸੀ ਇੱਕ ਬੇਟੀ ਨਿਦਾ ਨਸਰ ਨੇ ਆਪਨੇ ਅਤਾ ਫਰਮਾਈ ਹੈ, ਤਮਾਮ ਕਾਦੀਆਨ ਕੇ ਮਰਦੋਂ ਕੋ ਐਸੀ ਬੇਟੀ ਅਤਾ ਫਰਮਾ, ਔਰ ਇਨਕੋ ਮਿਰਜ਼ਾ ਲੁਕਮਾਨ ਜੈਸਾ ਬਾਪ ਬਨਨੇ ਕੀ ਤੋਫੀਕ ਅਤਾ ਫਰਮਾ, ਸਭ ਕੋ ਆਮੀਨ ਆਖਰੀ ਦਵਾਨਾ ਨਿਲਾਮ ਦੇ ਆਲਮੀਨ। ਜੀ ਜਿਆ ਭਾਈ, ਬੜੀ ਜ਼ੋਰ ਦੀ ਗੱਲ ਆਈ ਸੀ, ਉਹ ਬਾਬਰ ਭੱਟ ਭਾਈ ਦੀ ਗੱਲ ਹੋ ਰਹੀ ਸੀ ਕਿਸੇ ਮਰਜ਼ਈ ਮਲੰਗ ਨਾਲ, ਅਤੇ ਬਾਬਰ ਭਾਈ ਨੇ ਉਹਨੂੰ ਸਵਾਲ ਪੁੱਛਿਆ ਵੀ ਤੁਸੀਂ, ਤੁਹਾਨੂੰ ਕੋਈ ਹਜ਼ਾ ਨਹੀਂ ਆਉਂਦੀ, ਸ਼ਰਮ ਨਹੀਂ ਆਉਂਦੀ ਵੀ ਤੁਹਾਡੇ ਖਲੀਫੇ ਦੀ ਧੀ ਆ, ਕੀ ਹੋਇਆ ਜੇ ਉਹ ਖਲੀਫਾ ਮਰ ਗਿਆ ਅਤੇ ਉਹ ਕਦੀ ਤੁਸੀਂ ਉਹਦੇ ਪੈਰ ਚੁੰਮਦੇ ਸੀ, ਇਹਦੀ ਮਾਂ ਦੇ ਹੱਥ ਪੈਰ ਤੁਹਾਡੀਆਂ ਜਨਾਨੀਆਂ ਚੁੰਮਦੀਆਂ ਸੀ, ਉਹ ਖਲੀਫੇ ਦੇ ਤੁਸੀਂ ਪੈਰੇ ਪੈਂਦੇ ਸੀ, ਅੱਜ ਉਹ ਚਲਾ ਗਿਆ ਦੁਨੀਆ 'ਤੇ, ਉਹਦੀਆਂ ਧੀਆਂ ਨੇ, ਤੁਸੀਂ ਇਹਨਾਂ ਦੀ ਕਰਦਾਰ ਖੁਸ਼ੀ ਕਰਨ ਲੱਗੇ ਹੋ ਅਤੇ ਉਹਨਾਂ ਦੀਆਂ ਸਾਰੇ ਖਲੀਫੇ ਇੱਜ਼ਤਾਂ ਲੁੱਟੀ ਜਾਂਦੇ ਨੇ, ਜੇ ਤੇਰੀ ਆਪਣੀ ਧੀ ਇੱਥੇ ਹੁੰਦੀ ਫਿਰ ਵੀ ਤੂੰ ਇੰਝ ਹੀ ਕਹਿਣਾ ਸੀ? ਅਤੇ ਮਰਜ਼ਈ ਕਹਿੰਦਾ ਹਾਂ ਬਿਲਕੁਲ, ਮੈਨੂੰ ਤਾਂ ਕਹਿੰਦਾ ਖੁਸ਼ੀ ਹੋਣੀ ਸੀ ਕਿ ਚਲੋ ਖਿਲਾਫਤ ਦਾ ਨੁਤਫਾ ਉਹਦੇ ਅੰਦਰ ਗਿਆ, ਇਹ ਜੇ ਮਰਜ਼ਈਅਤ ਸਿਰਫ ਇਨਸਾਨਾਂ ਦੇ ਵਿੱਚ ਜਦੋਂ ਬੈਠੇ ਹੁੰਦੇ ਆ ਨਾ ਤੇ ਉਹ ਤਾਂ ਇੰਜ ਦੀ ਡਰਾਮੇਬਾਜ਼ੀ ਕਰਦੇ, ਅਸਲੀਅਤ ਇਹਨਾਂ ਦੀ ਮਾਇੰਡ ਸੈਟ ਇੰਜ ਹੀ ਆ ਕਿ ਸਾਰਾ ਕੁਝ ਖਲੀਫੇ ਦਾ ਹੀ ਹੈ। ਅਗਰ ਨਾ ਇਹ ਮਾਇੰਡ ਸੈਟ ਇਹਨਾਂ ਦਾ ਹੋਵੇ ਤੇ ਜਦੋਂ ਇੱਕ ਵਾਜ਼ੇ ਤੌਰ ਤੇ ਇਹਨਾਂ ਦਾ ਖਲੀਫਾ ਕੁਰਾਨ ਦੇ ਖਿਲਾਫ ਸਟੇਟਮੈਂਟ ਦੇ ਰਿਹਾ ਵਾਜ਼ੇ ਤੌਰ ਤੇ ਉਹ ਚਾਰ ਗਵਾਹਾਂ ਲਈ, ਫਿਰ ਵਾਜ਼ੇ ਤੌਰ 'ਤੇ ਉਹ ਇੱਕ ਰੇਪ ਵਿਕਟਿਮ ਲੜਕੀ ਦੇ ਨੂੰ ਡਰਾ ਧਮਕਾ ਰਿਹਾ ਵੇ, ਫਿਰ ਦੱਸ ਰਿਹਾ ਵੇ ਕਿ ਤੂੰ ਅੱਗੇ ਵੀ ਮੈਨੂੰ ਦੱਸਿਆ ਸੀ ਵੀ ਇੰਜ ਇੰਜ ਅਮਰ ਭਾਈ ਲੈ ਗਿਆ ਸੀ ਮੈਨੂੰ, ਜਦੋਂ ਉਹਦੀਆਂ ਗੱਲਾਂ ਇਹ ਸਾਰੀਆਂ ਸੁਣ ਕੇ ਵੀ ਇਹਨਾਂ ਨੂੰ ਹਜ਼ਾਰ ਨਹੀਂ ਆਈ ਕਿਸੇ ਨੂੰ, ਅਤੇ ਕਿਸੇ ਦੀ ਗੈਰਤ ਨਹੀਂ ਜਾਗੀ ਵੀ ਇੰਜ ਦਾ ਖਲੀਫਾ ਹੁੰਦਾ, ਕਿ ਉਹਨੂੰ ਇਹ ਪਹਿਲਾ ਮਾਮਲਾ ਨਹੀਂ, ਪਹਿਲੇ ਵੀ ਡਿਸਕਸ ਹੋ ਚੁੱਕਿਆ ਨਿਦਾ ਨਸਰ ਦੇ ਨਾਲ ਵੀ ਇੰਝ ਇੰਝ ਮੈਂ ਮੈਨੂੰ ਜਨਾਹਕਾਰੀ ਵਾਸਤੇ ਲੈ ਗਿਆ, ਅਤੇ ਉਹ ਅਮਰ ਭਾਈ ਵੀ ਜਮਾਤ ਦਾ ਹਿੱਸਾ ਨੇ, ਨਿਦਾ ਨਸਰ ਵੀ ਜਮਾਤ ਦਾ ਹਿੱਸਾ ਹੈ, ਨਾ ਕਿਸੇ ਦਾ ਖਰਾਜ ਹੋਇਆ ਨਾ ਗੱਲ ਨਾ ਬਾਅਦ, ਅਤੇ ਇੱਕ ਆਮ ਮਰਜ਼ਈ ਜਿਹੜਾ ਹੈ ਉਹ ਇਹਨਾਂ ਦੇ ਖਲੀਫੇ ਕੋਲ ਸਵਾਲ ਵੀ ਪੁੱਛ ਲਿਆ ਕੋਈ ਸਖਤ ਕਿਸਮ ਦਾ ਅਤੇ ਉਹਦਾ ਖਰਾਜ ਕਰ ਦਿੰਦੇ, ਅਤੇ ਅਸਲ ਦੇ ਵਿੱਚ ਸਾਰੀ ਗੱਲ ਇਹਨਾਂ ਦੀ ਇਹ ਹੀ ਆ ਕਿ ਬਈ ਸਾਰਾ ਕੁਝ ਸਾਡਾ ਖਲੀਫੇ ਦਾ ਹੀ ਹੈ। ਅਸਲਾਮੁਅਲੈਕੁਮ ਆਮਿਰ ਭਾਈ, ਪਲੀਜ਼ ਇਹਦੇ ਜਿਹੜੇ ਤਿੰਨ ਸਾਥੀ ਜਿਹੜੇ ਨੇ, ਆਮਿਰ ਭਾਈ ਇਹਦੇ ਤਿੰਨ ਸਾਥੀ ਜਿਹੜੇ ਉਹ ਕਨਵਰਟ ਹੋਏ ਹਨ, ਪਲੀਜ਼ ਉਹਨਾਂ ਦਾ ਨਾਂ ਤੇ ਦੱਸਿਓ ਇੱਕ ਦਫਾ ਦੁਬਾਰਾ। ਅਸਲਾਮੁਅਲੈਕੁਮ, ਕੀ ਪੁੱਛਿਆ ਜੇ ਦੁਬਾਰਾ? ਆਮਿਰ ਭਾਈ ਇਹਦੇ ਤਿੰਨ ਜਿਹੜੇ ਨੇ ਉਹ ਸਾਥੀ ਜਿਹੜੇ ਨੇ ਉਹ ਕਨਵਰਟ ਹੋਏ ਹਨ ਕ੍ਰਿਸਚੀਅਨਿਟੀ ਦੇ ਵਿੱਚ? ਹਾਂ, ਨੋਟ ਕਰ ਲਓ ਕਾਗਜ਼ ਪੈਨਸਲ ਲੈ ਕੇ। ਇੱਕ ਤੇ ਦੀ ਬੀਵੀ ਦਾ ਖਾਲਾ ਜ਼ਾਦ ਭਾਈ ਸੀ ਮੁਹੰਮਦ ਸਈਦ, ਉਹਦਾ ਨਾਂ ਸੀ ਉਹਦਾ ਸਾਲਾ ਮੁਹੰਮਦ ਸਈਦ, ਇੱਕ ਮੁਹੰਮਦ ਸਈਦ। ਹਾਂਜੀ, ਅਗਰ ਇਹਦਾ ਬੁੱਕ ਦਾ ਨੰਬਰ ਵੀ ਆ ਜਾਏ ਦੱਸਿਓ, ਮੈਂ ਉਦੋਂ ਦਾ ਪੜ੍ਹਨਾ ਪਿਆ, ਮੁੰਨੇ ਹੀ ਉਹਦੇ ਚੋਂ ਰੈਫਰੈਂਸ ਮਿਲਿਆ ਨਾ। ਕਿਤਾਬੁਲ ਬਰੀਆ ਚੋਂ ਨਹੀਂ ਲੱਭਾ ਤੁਹਾਨੂੰ? ਨਹੀਂ, ਮੈਂ ਉਦੋਂ ਦੇ ਉਹਦੇ ਸਾਰੇ ਕੰਟੈਕਸਟ ਜਿਹੜੇ ਨੇ ਉਹ ਚੈੱਕ ਕੀਤੇ, ਨਹੀਂ ਮਿਲਿਆ। ਹੱਦ ਨਹੀਂ ਹੋ ਗਈ ਹੈ ਵੈਸੇ? ਆਮਿਰ ਭਾਈ ਮੇਰੀ ਗਲਤੀ ਹੈ, ਮੈਨੂੰ ਨਾ ਉਹ ਸਮਝ ਨਹੀਂ ਪਈ ਲੱਗਦੀ ਉਹਦੀ, ਉਹ ਇੱਕ PDF ਸਕੈਨ ਦੇ ਉਹ ਇਸ ਵਾਸਤੇ ਉਹਦੇ ਵਿੱਚ ਤੁਹਾਨੂੰ ਉੱਥੇ ਜਾਣਾ ਚਾਹੀਦਾ ਸੀ ਜਿੱਥੇ
ਬਿਆਨ ਮੈਂ ਤੁਹਾਨੂੰ ਕਿਹਾ ਨਾ ਉਹਦੇ, ਮੈਂ ਤੁਹਾਨੂੰ ਕੱਢ ਦਿੰਦਾ ਇੱਥੋਂ ਨਾ, ਮੇਰੇ ਕੋਲ ਹੈਗਾ ਕਿ ਸਕੈਨ ਪਿਆ ਕਰ ਪਲੀਜ਼, ਕਿਉਂਕਿ ਮੈਨੂੰ ਉਹ ਚੈਲੰਜ ਕੀਤਾ ਉਹਨੇ ਕਿ ਲੈ ਕੇ ਆਉਣਾ ਰੈਫਰੈਂਸ ਆਰਸੂ ਦੇ। ਅੱਛਾ, ਇੱਕ ਤਾਂ ਇਹਨੇ ਇਸ਼ਤਿਹਾਰ ਦਿੱਤਾ ਹੈ, ਇਸ਼ਤਿਹਾਰ ਵਾਜਬ ਉਲ ਇਜ਼ਹਾਰ ਦੀ ਤਾਰੀਖ ਹੁਣ ਚੈੱਕ ਕਰਨੀ ਪੈਣੀ ਹੈ। ਵਾਜਬ ਉਲ ਮੈਨੂੰ ਸਿਰਫ ਇਹਦਾ ਰੈਫਰੈਂਸ ਦੇ ਦਿਓ, ਉਹਦਾ ਮੈਂ ਕੱਢ ਲੈਂਦਾ ਉਹਦੇ ਤੋਂ। ਠਹਿਰ ਜਾਓ ਅਮਰ ਭਾਈ, ਮੈਨੂੰ ਵੀ ਦੇਣਾ ਜੀ ਇਸ ਤੋਂ ਬਾਅਦ ਇੱਕ। ਹਾਂ, ਕਿਤਾਬੁਲ ਬਰੀਆ ਦਾ ਸਫ਼ਾ 173 ਹੈ। 173 ਮੈਂ 283 ਤੋਂ ਲੱਭਦਾ ਰਿਹਾ। 13ਵੀਂ ਜਿਲਦ ਦੇ ਰੂਹਾਨੀ ਖਜ਼ਾਇਨ ਦੀ, ਅਤੇ ਉਹਦੇ ਵਿੱਚ ਜਿਹੜਾ ਰੂਹਾਨੀ ਖਜ਼ਾਇਨ ਦੀ 13ਵੀਂ ਜਿਲਦ ਉਹਦਾ 173 ਹੈ। ਜਿਹੜਾ ਵੈਸੇ ਕਿਤਾਬੁਲ ਬਰੀਆ ਦਾ ਸਫ਼ਾ ਉਹ ਤਾਂ 42 ਜਾਂ 43 ਹੈ ਮੇਰੇ ਨਾਲ, ਨਹੀਂ 143। ਤੁਸੀਂ ਰੂਹਾਨੀ ਖਜ਼ਾਇਨ ਹੈ ਤੁਹਾਡੇ ਕੋਲ ਜਾਂ ਤੁਹਾਡੇ ਕੋਲ ਸਿਰਫ ਕਿਤਾਬੁਲ ਬਰੀਆ ਹੈ? ਕਿਤਾਬੁਲ ਬਰੀਆ ਹੈ। ਜਿਹੜੀ ਕਿਤਾਬੁਲ ਬਰੀਆ ਹੈ ਉਹਦਾ ਹੈ 142-143 ਸਫ਼ਾ। 42-43 ਠੀਕ ਹੈ। ਜਿਹੜੀ ਰੂਹਾਨੀ ਖਜ਼ਾਇਨ ਦੀ 13ਵੀਂ ਜਿਲਦ ਹੈ ਉਹਦਾ ਹੈ 173 ਸਫ਼ਾ। 173 ਬਸ ਠੀਕ ਹੈ, ਬਹੁਤ ਸ਼ੁਕਰ। ਉਹਦੇ ਚ ਲਿਖਿਆ ਇੱਕ ਤਾਦਾਦ ਅਸ਼ਖਾਸ ਕੀ ਈਸਾਈ ਹੋਗੀ ਜਿਨਮੇ ਸੇ ਇੱਕ ਸ਼ਖਸ ਮੁਹੰਮਦ ਯੂਸਫ ਖਾਨ ਜੋ ਇੱਕ ਅੱਛਾ ਮੁਅੱਜ਼ਜ਼ ਆਦਮੀ ਔਰ ਪਰਹੇਜ਼ਗਾਰ ਦੀਨਦਾਰ ਮੁਜਾਹਿਦ ਸਮਝਾ ਜਾਤਾ ਥਾ ਔਰ ਸੈਕਟਰੀ ਵਾ ਐਲਚੀ ਮੁਬਾਸੇ ਕਰ ਰਹਾ ਥਾ, ਯਾਨੀ ਜਿਹੜਾ ਮੁਨਾਜ਼ਰਾ ਹੋਇਆ ਸੀ ਉਹਦਾ ਸੈਕਟਰੀ। ਮੇਨ ਸਕਰੀਨ ਤੇ ਇੱਕ ਸੈਕਿੰਡ ਪਲੀਜ਼, ਯਾ ਕਹੇ ਹੈ ਜੇ ਤਾਂ ਮੇਨ ਸਕਰੀਨ ਤੇ ਲਾਓ ਪਲੀਜ਼ ਇਹਨੂੰ। ਮੈਂ ਲਾ ਦੇਣਾ ਜੇ ਨਜ਼ਫਾਸ ਨੂੰ ਪਹਿਲਾਂ ਕਿਰੇ ਮਰੋੜ ਮਰਾੜ ਕੇ ਥੱਲੇ ਨਾ ਜੀ ਤੁਸੀਂ ਮਲਿਕ ਸਾਹਿਬ ਕਰਿਓ ਹਾਂ ਜ਼ਰਾ ਪਲੀਜ਼ ਇੱਕ ਸੈਕਿੰਡ। ਇਸਲਾਮ ਗਾਲਿਬ ਨਹੀਂ ਆਇਆ ਹਜੇ ਤੱਕ। ਮੈਂ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਦੋ ਖਤ ਲਿਖੇ ਪਰਸ਼ੀਆ ਦੇ ਰੋਮਨਸ ਨੂੰ, ਦੋਏ ਡਾਊਨ, ਤੇ ਮੈਂ ਇਹਨੇ ਇੱਕ ਲਿਖਿਆ ਉੱਥੇ ਕਾਬਲ ਤੇ ਇੱਕ ਆਪਣੀ ਲੋਕਲ ਗਵਰਨਮੈਂਟ ਨੂੰ ਲਿਖਿਆ ਹੂੰ, ਸੈਂਟਰਲ ਗਵਰਨਮੈਂਟ ਨੂੰ ਬ੍ਰਿਟਨ ਨੂੰ, ਤੇ ਮੈਂ ਕਾਬਲ ਗਿਆ ਤੇ ਨਾ ਹੀ ਇੱਥੇ ਹੀ ਉਹਨਾਂ ਫੜ ਕੇ ਲੰਮਿਆਂ ਪਾ ਲਿਆ, ਉਲਟਾ ਮੁਨਾਜ਼ਰਾ ਕਰਕੇ ਤਿੰਨ ਆਪਣੇ ਕਰੀਬੀ ਜਿਹੜੇ ਨੇ ਕ੍ਰਿਸਚਨ ਕਰਾ ਲਏ, ਤੇ ਉਹ ਮੈਨੂੰ ਕਹਿਣ ਡੇ ਰੈਫਰੈਂਸ ਹਰ ਸੂਰਤ ਲੈ ਕੇ ਆ। ਬਹੁਤ ਸ਼ੁਕਰੀਆ ਆਮਿਰ ਬਾਈ, ਤੁਸੀਂ ਲਾਓ ਗੱਪ ਮੈਂ ਜ਼ਰਾ ਉੱਧਰ ਅਪਲੋਡ ਕਰਕੇ ਆਇਆ। ਮੈਨੂੰ ਨਾ ਉੱਧਰ ਆਵਾਜ਼ਾਂ ਪੈਣ ਲੱਗੀਆਂ, ਤੁਸੀਂ ਗੱਲ ਕਰੋ ਮੈਂ ਜੀ। ਬਹੁਤ ਸ਼ੁਕਰੀਆ ਮੇਰੇ। ਚਿੱਟਾ ਜੀ ਕੀ ਹਾਲ ਨੇ, ਮਾਇਕ ਖੋਲੋ ਨਾ। ਯੂਸੀ ਭਾਈ ਤੇ ਕੈਸਰ ਭਾਈ ਇੱਕੋ ਗੱਡੀ ਚ ਬੈਠੇ ਨੇ ਤੇ ਦੋ ਜਗ੍ਹਾ ਤੋਂ ਆਨਲਾਈਨ, ਵਾਹ ਰੇ ਵਾਹ, ਮੌਜਾਂ ਕਰ ਗਏ ਨੇ। ਕੈਸਰ ਭਾਈ ਬਿਲਾਲ, ਯੂਸੀ ਭਾਈ ਮਤਲਬ ਕਹਿ ਸਰ,
ਅਸਲਾਮ ਅਲੈਕੁਮ ਹਾਂਜੀ ਯੂਸੀ ਬਾਈ, ਕੀ ਹਾਲ ਹੈ? ਠੀਕ ਠਾਕ ਹੋ ਗਈ ਅਤੇ ਜਨਾਬ ਅੱਲਾ ਦਾ ਸ਼ੁਕਰ ਤੁਸੀਂ ਸੁਣਾਓ। ਨਵੀਂ ਖਬਰ ਆਈ ਹੈ, ਬ੍ਰੇਕਿੰਗ ਨਿਊਜ਼, ਮੈਨੂੰ ਪਤਾ ਚੱਲਿਆ ਸਿੱਧੂ ਸਿਆਲਕੋਟ ਜੀ ਦਾ ਅੱਜ ਜ਼ਮਾਨਤ ਲੈ ਕੇ ਨਾ ਟਿਕਟੋਕ 'ਤੇ ਆ ਗਿਆ, ਕੋਈ ਦਿਨ ਨਜ਼ਰ ਆਇਆ ਤਾਂ ਦੱਸੋ ਉਹਨੂੰ ਕਾਲ 'ਤੇ ਲਈਏ, ਕੀ ਵਜ੍ਹਾ ਕੀ ਹੈ, ਚੱਕਰ ਕੀ ਹੋਇਆ? ਖਬਰ ਆਈ ਹੈ ਬ੍ਰੇਕਿੰਗ ਨਿਊਜ਼, ਮੈਨੂੰ ਪਤਾ ਚੱਲਿਆ ਸਿੱਧੂ ਸਿਆਲ ਲਾ ਭਾਈ ਸਿੱਧੂ ਸਿਆਲਕੋਟ ਹੀ ਆ ਗਿਆ ਜ਼ਮਾਨਤ ਲੈ ਕੇ, ਪਤਾ ਚੱਲਿਆ ਜੇ ਸਿੱਧੂ ਸਿਆਲਕੋਟ ਨੇ ਜ਼ਮਾਨਤ ਕਰਵਾ ਲਈ ਆ? हाँ जी साहिल वान साहब, कैसे हैं आप? ठीक है। सिद्धू सियालकोटी क्या पाकिस्तान सिद्धू सियालकोटी पाकिस्तान जनरल पढ़िया गया है यार? उम्र से ही आया सी साहिल वान, तुसी नसा ही दिता एकदम। नहीं मेरा सवाल ये है कि सिद्धू सियाल कोई यार वो जड़ा आया मिर्ज़ा ही उसका की करना सी ओनु दफा करो मिर्ज़ा ही आंदे किथे जी ਦੁਬਾਰਾ ਕਾਲ ਪਾ ਲੈਣੇ ਮਲਕ ਸਾਹਿਬ, ਕੀ ਹੋ ਗਿਆ ਜੀ? ਅਹਿਮਦ ਅਲੀ ਕੀ ਹੋਇਆ ਸਿੱਧੂ ਨੂੰ ਹੁਣ ਦੁਬਾਰਾ? ਉਹ ਕਿੱਥੇ ਆਏਗਾ? ਸ਼ਿਕਾਰ ਹੱਥ ਆਇਆ ਹੋਵੇ ਨਸਾਈ ਤਾਂ ਨਹੀਂ ਉਹਨੂੰ। ਕਿਹਦੀ ਇੱਕ ਹੋਰ ਆਈ ਡੀ ਉੱਤੇ ਆਈ ਜੀ ਵੇਖੋ ਹੁਣ ਜ਼ਰਾ ਮਲਕ ਮਰਾਨ ਦੇ ਉੱਤੇ। ਅਸਲਾਮੁ ਅਲੈਕੁਮ। ਅਸਲਾਮੁ ਅਲੈਕੁਮ ਮੁਹੰਮਦ ਅਲੀ, ਮੇਰੀ ਆਵਾਜ਼ ਨਹੀਂ ਆ ਰਹੀ, ਮੈਂ ਪੁੱਛ ਰਿਹਾ ਕੀ ਹੋਇਆ ਸਿੱਧੂ ਨੂੰ? ਓਏ ਚੌਹਾਨ ਸਾਹਿਬ ਆਏ ਨੇ, ਅਬਦੁੱਲਾ ਭਾਈ ਇਨਸੇ ਪੁੱਛਨੇ ਨੇ ਜੀ। ਓ ਚੌਹਾਨ ਸਾਹਿਬ ਗੱਲ ਤਾਂ ਕਰੋ ਜੀ। ਅਸਲਾਮ ਅਲੈਕੁਮ ਵਰਹਮਤੁਲਾ। ਵਾਲੇਕੁਮ ਅਸਲਾਮ ਵਰਹਮਤੁਲਾ ਵਬਰਕਾਤੁ। آپ صلی اللہ علیہ وآلہ وسلم کے بعد جو بھی کوئی بھی نبوت کا دعویٰ کرے گا اس پر لعنت اور وہ ملک صاحب کال میں پائی آگے نے کیسر صاحب ہے وہ کیسر صاحب ਅਲੀ ਯਾਰ ਮੇਰੇ ਮੂੰਹ ਜ਼ਬਾਨ ਨਾ ਹੀ ਆ, ਮੈਂ ਅੰਨਾ ਜਾਂ ਮੈਂ ਕਿਤੇ ਗੁੰਗਾ ਜਾਂ ਮੈਂ ਗੱਲ ਨਾ ਕਰ ਰਿਹਾ। ਓਏ ਯਾਰ ਮਲਕ ਇੱਕ ਮਿੰਟ ਠਹਿਰ ਜਾ ਨਾ, ਪੈ ਰਿਹਾ ਮਲਕ ਸਾਹਿਬ ਉਹ ਬੰਦਾ ਤੁਹਾਡਾ ਆ ਗਿਆ ਜੀ, ਲੋ ਹੱਲ ਕਰੋ ਜੀ, ਇਹਨਾਂ ਦਾ ਮੁਨਾਜ਼ਰਾ ਕਰਾਓ ਬਿਲਾਲ ਬਿਲਾਲ ਭਾਈ ਨਾਲ। ਬਿਲਾਲ ਸਾਹਿਬ ਆਵਾਜ਼ ਆ ਰਹੀ ਏ? ਅਬਦੁੱਲਾ ਨਾਲ ਕਰਾ ਦਿਓ। ਅਬਦੁੱਲਾ ਵੀ ਪਿੱਛੇ ਗਏ ਆ। ਯੂਸੀ ਭਾਈ ਤੁਸੀਂ ਗੱਲ ਕਰੋ, ਛੱਡੋ ਜੀ ਯੂਸੀ ਨਹੀਂ ਗੱਲ ਕਰ ਸਕਦਾ। ਮਲਕ ਇਮਰਾਨ ਹੀ ਹੈ, ਅਗਰ ਨਹੀਂ ਉਹ ਬਿਲਾਲ ਬੋਲ ਸਕਦਾ। ਹਾਂ ਬਈ ਮਲਕ ਇਮਰਾਨ ਹੁਣ ਤੇਰੇ ਗਏ ਸੇ। ਚੱਲ ਹੁਣ ਕਰ ਮੁਨਾਜ਼ਰਾ। ਹਾਂ ਜੀ ਸਹਿਲ ਸਾਹਿਬ ਅਸਲਾਮ ਅਲੈਕੁਮ। ਹੁਣ ਅਗਲਾ ਬੰਦਾ ਹੀ ਮੈਗ ਨਾ ਪੁੱਟੇ ਤਾਂ ਫਿਰ ਮੈਂ ਨਹੀਂ ਬਈ ਮੈਂ ਨਹੀਂ ਮਾਰੋ। ਮਸਲਾ ਹੈ ਕਿੱਥੇ ਆ?
ਮਸਲਾ ਇਹ ਹੈ ਕਿ ਸਹਿਲ ਸਾਹਿਬ ਮੈਗ ਨਹੀਂ ਪੁੱਟ ਰਿਹਾ। ਸਹਿਲ ਸਾਹਿਬ ਸਲਾਮ ਅਲੈਕਮ, ਅਸਲਾਮ ਅਲੈਕਮ। ਨਹੀਂ ਰਿਪੋਰਟਾਂ ਤੇ ਆਇਆ ਇਸ ਲੋ ਜੀ ਦੌੜਾਂ ਲਵਾ ਤੀਆਂ ਨੇ ਤੁਸੀਂ ਤੇ ਉਹਦੀਆਂ ਜਨਾਬ। ਮੈਡਲੀ ਮੈਂ ਕੀ ਪੁੱਛਿਆ? ਅੱਛਾ ਜੀ, ਦੌੜਾਂ ਲੱਗ ਗਈਆਂ ਨੇ ਸਾਹਿਲ ਅਵਾਨ ਸਾਹਿਬ ਦੀਆਂ। ਅੱਛਾ ਗੱਲ ਇਹ ਵੇ ਕਿ ਮੈਂ ਕੋਈ 9 ਵਜੇ ਟਿਕਟੋਕ ਔਨ ਕੀਤੀ ਤੇ ਮੈਂ ਦੇਖਿਆ ਕਿ ਪਿੱਛੇ ਇੱਕ ਕਾਦਿਆਨੀਆਂ ਦੀ ਵੀ ਪਰਾਟ ਚੱਲ ਰਹੀ ਸੀ ਤੇ ਕਾਫੀ ਸਾਰੇ ਕਾਦਿਆਨੀ ਉਹਦੇ ਤੇ ਜਮ੍ਹਾਂ ਹੋਏ ਤੇ ਇੱਕ ਵਿਚਾਰਾ ਬੰਦਾ ਉਹਨਾਂ ਨੇ ਘੇਰਿਆ, ਉਹਦੇ ਨਾਲ ਕਾਫੀ ਸਾਰੀ ਬਹਿਸ ਕਰ ਰਿਹਾ ਸਨ। ਅੱਛਾ ਮੇਰੀ ਆਵਾਜ਼ ਆ ਰਹੀ ਸਭ ਦੋਸਤਾਂ ਨੂੰ? ਕੋ ਲੱਗਦਾ ਨੈਟਵਰਕ ਦੀ ਪ੍ਰੋਬਲਮ ਹੈ, ਮਸਲਾ ਹੈ ਕਨੈਕਟ ਵਿੱਚ। ਬੋਲੀ ਜੋ ਮੇਰਾ ਵੀਰ, ਤੁਹਾਡੀ ਆਵਾਜ਼ ਆ ਰਹੀ ਹੈ। ਅੱਛਾ 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 ਮੈਂ ਕਹਿ ਰਿਹਾ ਸੀ ਕਿ ਮੈਂ ਕੋ 9 ਵਜੇ ਨੈਟ ਆਨ ਕੀਤਾ ਤੇ ਮੈਂ ਦੇਖਿਆ ਤੇ ਇੱਕ ਕਾਦਿਆਨੀਆਂ ਦੀ ਵੀ ਪਿੱਛੇ ਬਰਾਟ ਆਉਣ ਜੀ ਤੇ ਕਾਫੀ ਸਾਰੇ ਉਹਦੇ ਤੇ ਜੀ ਬੈਠੇ ਨੇ, ਮਰਜ਼ਈ ਸਾਹਿਬ ਔਰ ਆਪਣੇ ਆਪ ਨੂੰ ਜੈਲੀ ਮੁਸਲਮਾਨ ਕਹਿਲਵਾਉਣ ਵਾਲੇ। ਅੱਛਾ ਉਹਦੇ 'ਚ ਇੱਕ ਬੰਦਾ ਜਨਾਬ ਉਹਨਾਂ ਨੇ ਘੇਰਿਆ ਤੇ ਅੱਛਾ ਐਸੇ ਐਸੇ ਲਫ਼ਜ਼ ਇਸਤੇਮਾਲ ਕਰਦੇ ਨੇ ਔਰ ਉਹਨਾਂ ਦਾ ਲਹਿਜਾ, ਮਤਲਬ ਕਿ ਉਹ ਲਹਿਜਾ ਵੇਖ ਕੇ ਇੱਕ ਅਜੀਬ ਮੈਨੂੰ ਫੀਲ ਹੋਇਆ, ਮਹਿਸੂਸ ਹੋਇਆ ਤੇ ਮੈਂ ਕਿਹਾ ਯਾਰ ਇੱਕ ਇਨਸਾਨ ਨੂੰ ਗੱਲ ਕਰਨ ਦਾ ਤਰੀਕਾ ਨਹੀਂ, ਗਲਤ ਕਰਨ ਦਾ ਅੰਦਾਜ਼ ਹੀ ਨਹੀਂ ਤੇ ਇਹਦੇ ਨਾਲ ਕੀ ਮਤਲਬ ਕਿ ਗੁਫ਼ਤਗੂ ਹੋਵੇਗੀ ਜਾ ਕੇ, ਯਾਨੀ ਕਿ ਉਹ ਆਪਣੀ ਬਰਾਟ ਤੇ ਬੈਠ ਕੇ ਤੇ ਪਤਾ ਨਹੀਂ ਆਪਣੇ ਆਪ ਨੂੰ ਕੀ ਉਹ ਸਾਬਤ ਕਰਨਾ ਚਾਹੁੰਦੇ ਨੇ। ਅੱਛਾ ਉਹ ਬੰਦਾ ਫਿਰ ਹਵਾਲੇ ਦਿੱਤੀ ਜਾ ਰਿਹਾ, ਉਹ ਕਹਿ ਰਹੇ ਨੇ ਜੀ ਝੂਠ ਹੈ, ਨਹੀਂ ਜੀ ਝੂਠ ਹੈ, ਨਹੀਂ ਜੀ ਝੂਠ ਹੈ, ਯਾਨੀ ਕਿ ਉਹ ਆਪਣੇ ਪਲੇਟਫਾਰਮ ਤੇ ਬਹਿ ਕੇ ਆਪਣੇ ਆਪ ਨੂੰ ਜ਼ਬਰਦਸਤੀ ਜਾਬਰ ਬਣਵਾਉਣਾ ਚਾਹੁੰਦੇ ਨੇ ਔਰ ਨਾਲ ਦੇ ਦੂਸਰੇ ਵਾਹ 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 ਕਰੀ ਜਾ ਰਹੇ ਨੇ। ਸਭ ਦੋਸਤ ਹੀ ਖਾਮੋਸ਼ ਨੇ ਜਨਾਬ। ਮੇਰੇ ਸਾਹਮਣੇ ਨਾਲ ਸੌਣ ਦਾ ਟਾਈਮ ਹੋ ਗਿਆ ਤੇ ਮੈਂ ਕਹਿੰਦਾ ਮੈਂ ਵੀ ਨਿਕਲ ਜਾਵਾਂ ਬਾਹਰ, ਤੁਸੀਂ ਵੀ ਨਿਕਲ ਜਾਓ। ਐਪਲ ਦੇ ਵਿੱਚ ਮੇਰਾ ਖਿਆਲ ਹੈ ਕਿ ਕੋਈ ਨੈਟਵਰਕ ਦਾ ਪ੍ਰੋਬਲਮ ਹੈ, ਇਸ਼ੂ ਹੈ ਨੈਟਵਰਕ ਦਾ ਕੋਈ ਮਸਲਾ।
ਨਹੀਂ ਨਹੀਂ ਭਾਈ ਸਾਹਿਬ, ਐਸੀ ਕੋਈ ਗੱਲ ਨਹੀਂ ਹੈ। ਇਹ ਜਿਹੜੀ ਹੈ ਨਾ, ਦੁਨੀਆ ਚੱਲ ਰਹੀ ਖਬਰ ਦੀ, ਅਤੇ ਜਿਤਨੀ ਕੋਈ ਗੰਦੀ ਖਬਰ ਲੈ ਕੇ ਆਓਗੇ ਤੁਹਾਨੂੰ ਇਤਨਾ ਕੁ ਅਪਰੀਸ਼ੀਏਟ ਕੀਤਾ ਜਾਏਗਾ। ਅਤੇ ਖਬਰਾਂ ਲੈ ਕੇ ਆਇਆ ਕਰੋ, ਅਤੇ ਫਿਰ ਵੇਖੋ ਤੁਹਾਡਾ ਹਿੱਸਾ ਤਾਂ ਖੈਰ ਮਕਦਮ ਹੀ ਸੀ, ਅਤੇ ਤੁਹਾਨੂੰ ਅਪਰੀਸ਼ੀਏਟ ਹੀ ਕੀਤਾ ਵੈਸੇ। ਜਦੋਂ ਤੁਸੀਂ ਫੋਟੋ ਲਾਉਂਦੇ ਹੋ ਜੁਆਇਨ ਕੀਤੀ, ਤੇ ਮਤਲਬ ਕਿ ਕਈ ਲੋਕ ਐਸੇ ਵੀ ਹੁੰਦੇ ਨੇ ਜਿਹੜੇ ਕਾਦੀਆਨੇ ਦੀ ਬਰਾਡਰ ਤੇ ਨਹੀਂ ਜਾਣਾ ਚਾਹੁੰਦੇ। ਸੋ ਤੁਸੀਂ ਜਿਸ ਤਰ੍ਹਾਂ ਮੈਂ ਆਣ ਕੇ ਪਹਿਲੇ ਅੱਧਾ ਘੰਟਾ ਬਰਾਟ 'ਤੇ ਬੈਠਾ ਵਾਂ, ਤਹਿਕੀਕ ਕੀਤੀ ਹੈ, ਫਿਰ ਮੈਂ ਤੁਹਾਨੂੰ ਕਾਲ ਕੀਤੀ, ਰਿਕੁਐਸਟ ਪਾਈ ਕਾਲ ਦੀ। ਸੋ ਇਸ ਤਰ੍ਹਾਂ ਕਰਕੇ ਤੁਸੀਂ ਵੀ ਆਪਣਾ ਇੱਕ ਖਾਸ ਅੰਦਾਜ਼ ਅਪਣਾਓ ਜਾਂ ਇੱਕ ਤਸਵੀਰ, ਜਿਸ ਤਰ੍ਹਾਂ ਮੇਰਾ ਖਿਆਲ ਹੈ ਕਿ 8 ਕੁ ਦਿਨ ਪਹਿਲੇ ਮੈਂ ਇਹ ਮਲਕ ਸਾਹਿਬ ਦੀ ਬਰਾਟ 'ਤੇ ਆਇਆ ਸਾਂ। ਸੋ ਲਿਖਿਆ ਸੀ ਮਤਲਬ ਕਿ ਇਸ਼ਤਿਹਾਰ ਲੱਗਿਆ ਸੀ। ਸੋ ਇਸ ਤਰ੍ਹਾਂ ਦਾ ਕੋਈ ਮਤਲਬ ਕਿ ਤੁਸੀਂ ਇੱਕ ਮਖਸੂਸ ਅੰਦਾਜ਼ ਅਪਣਾਓ ਜਿਹਦੇ ਨਾਲ ਪਤਾ ਲੱਗੇ ਕਿ ਠੀਕ ਹੈ ਜੀ, ਇਹ ਖਾਲਸ ਮੁਸਲਮਾਨਾਂ ਦਾ ਅਲਹਮਦੁਲਿਲਾ ਕਿ ਜਿਹੜੇ ਖਾਤਮ ਨਬੀ ਉਹਨੂੰ ਮੰਨਣ ਵਾਲੇ ਨੇ, ਇਹ ਉਹਨਾਂ ਦੀ ਵਿਰਾਟ ਹੈ, ਨਾ ਕਿ ਕਾਦੀਆਨੀਆਂ ਦੀ। ਸੋ ਜਦੋਂ ਤੁਸੀਂ ਮਿਰਜ਼ੇ ਦੀ ਤਸਵੀਰ ਲਾਉਂਦੇ ਹੋ ਤੇ ਉਹ ਥੋੜਾ ਜਿਹਾ ਡਾਊਟ ਜਿਹਾ ਹੋ ਜਾਂਦਾ। ਨਾ 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 ਵੀਰੇ, ਸਾਨੂੰ ਕੋਈ ਲੋਕਾਂ ਨੂੰ ਸਾਨੂੰ ਆਪਣਾ ਸਬੂਤ ਦੇਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਅਲਹਮਦੁਲਿਲਾ ਅਸੀਂ ਮੁਸਲਮਾਨ ਹਾਂ, ਤੁਸੀਂ ਆਓ ਸਾਡੇ ਕੋਲ ਸਵਾਲ ਪੁੱਛੋ, ਕਿਆ ਤੁਸੀਂ ਆਪ ਸੱਲੱਲਾਹੁ ਅਲੈਹਿ ਵਸੱਲਮ ਨੂੰ ਖਤਮ ਨਬੀਨ ਮੰਨਦੇ ਹੋ? ਹਾਂ, ਸਾਡੇ ਵਿੱਚ ਕੋਈ ਐਸਾ ਜਿਹੜਾ ਨਾ ਬੰਦਾ ਤੁਹਾਨੂੰ ਆਖੇ ਕਿ ਜਨਾਬ ਜੀ ਨਹੀਂ, ਤਾਂ ਜਿਹੜਾ ਫਿਰ ਅੱਛਾ, ਸਾਡੇ ਕੋਲ ਅਗਰ ਤੁਸੀਂ ਆਓ, ਤੁਸੀਂ ਸਾਡੇ ਕੋਲ ਸਵਾਲ ਪੁੱਛੋ ਬਈ, ਖਤਮ ਨਬੀਨ ਨੂੰ ਤੁਸੀਂ ਜਨਾਬ ਜੀ ਮੰਨਦੇ ਹੋ? ਅਗਰ ਇਨਕਾਰ ਕਰਾਂ ਤਾਂ ਫਿਰ ਸਾਨੂੰ ਆਖੋ ਕੋਈ ਐਸਾ ਤਾਂ ਫੋਟੋ ਲਾਓ, ਅਤੇ ਅਸਾਂ ਆਉਂਦੇ ਹਾਂ ਅਲਹਮਦੁਲਿਲਾ ਕਿ ਖਤਮ ਨਬੀਨ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ, ਫਿਰ ਮੇਰਾ ਖਿਆਲ ਹੈ ਨਾ ਕੋਈ ਸਵਾਲ ਦੀ ਜ਼ਰੂਰਤ ਹੈ, ਨਾ ਅਤੇ ਇਸ ਤੋਂ ਇਲਾਵਾ ਨਾ ਕੋਈ ਜਵਾਬ ਦੀ ਜ਼ਰੂਰਤ। ਸਾਹਿਲ ਅਵਾਨ ਥੱਲੇ ਬੈਠਾ, ਪਤਾ ਨਹੀਂ ਕੀ ਕਰ ਰਿਹਾ, ਮੈਸੇਜ ਕਰ ਰਿਹਾ। ਅੱਛਾ ਲਓ ਸਰ, ਮੇਰਾ ਖਿਆਲ ਹੈ ਕਿ 12:15 ਦਾ ਟਾਈਮ ਹੋ ਗਿਆ, ਮੈਨੂੰ ਦਿਓ ਇਜਾਜ਼ਤ ਇਨਸ਼ਾਅੱਲਾ ਜ਼ਿੰਦਗੀ ਦੀ, ਅਤੇ ਜ਼ਰੂਰ ਮੁਲਾਕਾਤ ਹੋਏਗੀ। ਔਰ ਇਹ ਕਾਫੀ ਦਿਨਾਂ ਤੋਂ ਬਾਅਦ ਮੈਂ ਮਤਲਬ ਕਿ ਅੱਜ ਦੇਖਿਆ ਬਰਾਟ ਨੂੰ, ਮਲਕ ਕੈਸਰ ਸਰ।
ਇਹ ਰੋਜ਼ਾਨਾ ਚਲਾਉਂਦੇ ਹੋ, ਕੀ ਟਾਈਮਿੰਗ ਕੀ ਹੈ, ਇਹ ਜ਼ਰਾ ਪਲੀਜ਼ ਮੈਨੂੰ ਦੱਸ ਦਿਓ। ਅੱਛਾ ਅੱਛਾ, 24 ਘੰਟੇ ਤੁਸੀਂ ਲਿਖਿਆ ਜੀ, ਠੀਕ ਹੋ ਗਿਆ ਸਰ, ਥੈਂਕ ਯੂ, ਮਿਹਰਬਾਨੀ।